ਫਿਰ ਕੈਮੀਕਲ ਵਿੱਚ ਪਾਈਦਾ ਹਾਈਡਰੋਜਨ 'ਚ, ਫਿਰ ਉਹ ਹੋਰ ਵੀ ਸਫੈਦ ਹੋ ਜਾਂਦੀ ਖਲ, ਫਿਰ ਉਹਨੂੰ ਅਸੀਂ ਆਪਣੇ ਛੋਟੇ ਛੋਟੇ ਐਵੇਂ ਟੁਕੜੇ ਕਰ ਲਈਦੇ ਨੇ ਉਸ ਖਲ ਦੇ, ਜਿਹੋ ਜਿਹਾ ਅਸੀਂ ਮੋਲਡ ਲਾਉਣਾ ਹੋਵੇ ਨਾ ਉਹਨਾਂ ਨੂੰ ਅਸੀਂ ਬਰੀਕ ਕਰ ਦਈਦਾ ਖਲ ਨੂੰ। ਇਹ ਜਿਹੜਾ ਉੱਤੋਂ ਅਸੀਂ ਉਤਾਰਦਾ ਪਿਆ ਨਾ ਮੈਂ, ਇਹ ਜਿਹੜਾ ਇਹਨੂੰ ਕੀਮੇ ਵਾਲੀ ਮਸ਼ੀਨ ਦੇ ਵਿੱਚੋਂ ਕੱਢ ਕੇ ਨਾ ਇਹਨੂੰ ਇਹਦੇ ਜੋੜਾਂ ਦੇ ਉੱਤੇ ਇਸਤੇਮਾਲ ਕਰਾਉਂਦਾ। ਕਲਰ ਚਾਰਜ ਦਾ ਦੇਖ ਰਹੇ ਨਾ ਆਪ, ਇਹ ਬਿਲਕੁਲ ਸੁੱਕ ਗਿਆ, ਇਹ ਜਿਹੜਾ ਇਸ ਬਿਲਕੁਲ ਇਸ ਕਲਰ 'ਚ ਆ ਜਾਂਦਾ, ਕੋਈ ਇਹਦਾ ਜੋੜ ਜਿਹੜਾ ਨਾ ਨਹੀਂ ਨਜ਼ਰ ਆਉਂਦਾ।